ਇੱਕ ਤਾਂ ਬੰਦੇ ਫਰਾਰ ਦੇ ਵਿਰੋਧ ਕਰਨ ਮੇਰਾ ਫੇਰ ਤਾਂ ਗੱਲ ਬਣਦੀ ਆਪਣੇ ਸਿੱਖੀ ਵਿਰੋਧੀ ਬਣੀ ਜਾਂਦੇ ਨੇ ਸਿੱਖੀ ਵਿਰੋਧ ਕਰੀ ਜਾਂਦੇ ਨੇ ਮੇਰਾ ਸਾਧ ਸੰਗਤ ਜੀ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਅੱਜ ਦਾ ਸਮਾਂ ਐਸਾ ਚੱਲਦਾ ਹੈ ਸਾਧ ਸੰਗਤ ਮੈਂ ਤਾਂ ਆਏ ਸੋਚਦਾ ਹੁੰਨਾ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਨੇ ਸਿੱਖ ਨਹੀਂ ਪੱਗਾਂ 'ਚ ਸਿਰ ਫਸਾਏ ਨੇ ਦਾਵਾ ਠੋਕਦੇ ਨੇ ਜੇ ਕਲਗੀਆਂ ਵਾਲਾ ਅੱਜ ਜਿਉਂਦਾ ਹੁੰਦਾ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਬਿਨਾਂ ਕਸੂਰ ਤੋਂ ਨਾਲ ਦੇ ਸਾਥੀਆਂ ਨੂੰ ਬਿਨਾਂ ਕਸੂਰ ਤੋਂ ਆਸਾਮ ਵਰਗੀਆਂ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਜੇ ਕਲਗੀਆਂ ਵਾਲਾ ਅੱਜ ਹੁੰਦਾ ਇਹਨਾਂ ਨੂੰ ਤੇਲ ਦੇ ਕੜਾਏ ਗਰਮ ਕਰਕੇ ਵਿੱਚ ਵੜਨਾ ਸੀ ਮਹਾਰਾਜ ਅਸੀਂ ਆਪਣੇ ਬਾਬਾ ਕਰਮਜੀਤ ਸਿੰਘ ਇਹਨਾਂ ਨੇ ਲੈਣਾ ਕੀ ਪ੍ਰਧਾਨਗੀਆਂ ਤੋਂ ਗੁਰਦੁਆਰਿਆਂ ਤੋਂ ਲੈਣਾ ਕੀ ਕਬਜ਼ੇ ਲੈਣੇ ਨੇ ਪ੍ਰਚਾਰ ਕਰਨਾ ਹੈ ਹਰਕ ਨਾਲ ਮੱਥਾ ਮਾਰਨਾ ਹੈ ਇਹਨਾਂ ਦੀ ਤਾਂ ਆਪਣੀ ਇੰਨੀ ਵਧੀਆ ਜ਼ਿੰਦਗੀ ਪਰ ਸਾਡੇ ਬੰਦੇ ਇਹਨਾਂ ਦੀਆਂ ਲੱਤਾਂ ਖਿੱਚੀ ਜਾਂਦੇ ਬਾਹਰ ਦਾ ਨਹੀਂ ਕੋਈ ਵਿਰੋਧੀ ਹੁੰਦਾ ਆਪਣੇ ਬੰਦੇ ਹੀ ਅੱਜ ਦੇ ਸਮੇਂ ਅੰਦਰ ਡਿੱਗੇ ਨੂੰ ਉਠਾ ਕੇ ਤੋੜਨ ਵਾਲਿਆਂ ਦੀ ਗਿਣਤੀ ਘਟੇ ਪਰ ਤੁਰੇ ਜਾਂਦੇ ਨੂੰ ਧੱਕਾ ਮਾਰ ਧੱਕਾ ਮਾਰਨ ਵਾਲਿਆਂ ਦੀ ਗਿਣਤੀ ਇਹ ਬਹੁਤ ਘੱਟ ਮਿਲੇਗੀ ਆਏ ਘੇਰਦੇ ਨੇ ਕਿੰਨੇ-ਕਿੰਨੇ ਇਲਜ਼ਾਮ ਲਾਉਂਦੇ ਨੇ ਤੇ ਚੇਤੇ ਰੱਖੋ ਤੁਹਾਨੂੰ ਸਿੱਖ ਕਹੋਣ ਦਾ ਤੁਹਾਨੂੰ ਸਰਦਾਰ ਕਹੋਣ ਦਾ ਤੁਹਾਡੇ ਨਾਂ ਪਿੱਛੇ ਸਿੰਘ ਲੱਗਦਾ ਕੋਈ ਹੱਕ ਨਹੀਂ ਭਾਵੇਂ ਕੱਲੀ ਮੰਤ ਕਰਮਜੀਤ ਸਿੰਘ ਜੀ ਦੀ ਗੱਲ ਨਹੀਂ ਇੱਥੇ ਕੋਈ ਸਿੱਖ ਪੰਥ ਵਿੱਚ ਹਿੱਸਾ ਪਾਉਂਦਾ ਉਹਦਾ ਵੱਧ ਤੋਂ ਵੱਧ ਸਹਿਯੋਗ ਕਰੋ ਨਾ ਕਿ ਉਹਦੇ ਵਿਰੋਧੀ ਬਣੋ ਤੁਸੀਂ ਤਾਂ ਆਪਣਿਆਂ ਦੇ ਵਿਰੋਧੀ ਬਣ ਗਏ ਮੈਂ ਤਾਂ ਹੈਰਾਨ ਆ ਤੁਹਾਡੇ ਇਥੇ ਹਰਿਆਣੇ ਦੀ ਸਰਕਾਰ ਏ ਪਰ ਜਿਹੜੀ ਪੰਜਾਬ ਵਿੱਚ ਸਰਕਾਰ ਵਿਦੇਸ਼ਾਂ 'ਚ ਬੈਠੇ ਆ ਲਾਈਵ ਚੱਲਦਾ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਜਿਹੜੀ ਪਾਰਟੀ ਨੂੰ ਜਿਤਾਉਣ ਵਾਸਤੇ ਅਸੀਂ ਦਿਨ ਰਾਤ ਇੱਕ ਕੀਤੀ ਕਰੋੜਾ ਰੁਪਈਆ ਖਰਚਿਆ ਸਾਡੇ ਬਾਹਰਲੇ ਸਿੱਖਾਂ ਨੇ ਫੰਡنگ ਭੇਜੀ ਅੱਜ ਵੇਖੋ ਪੱਗਾਂ 'ਚ ਸਿਰ ਫਸਾ ਕੇ ਸਾਡੇ ਹੀ ਨੌਜਵਾਨਾਂ ਦੇ ਦੁਸ਼ਮਣ ਬਣੇ ਹੋਏ ਨੇ ਕੀ ਵਰਤਾਰਾ ਵਰਤ ਰਿਹਾ ਪੰਜ ਦਿਨ ਹੋ ਗਏ भाई अमृतपाल सिंह ਦਾ ਅਜੇ ਤੱਕ ਪਤਾ ਨਹੀਂ ਲੱਗਿਆ ਤੇ ਚੇਤੇ ਰੱਖਿਓ ਜੇ ਤੁਸੀਂ ਕਹੋ ਵੀ ਇਹ ਪੁਲਿਸ ਫੜਦੀ ਏ ਕਿਸੇ ਪੁਲਿਸ ਅਫਸਰ ਦੀ ਹਿੰਮਤ ਨਹੀਂ ਕਿਸੇ ਸਿੱਖ ਵੱਲ ਝਾਗ ਵੀ ਜਾਏ ਕੋਈ ਇਹ ਸਭ ਕੁਝ ਸਰਕਾਰਾਂ ਕਰਾਇਆ ਕਰਦੀਆਂ ਤੇ ਇਹ ਵੀ ਚੇਤੇ ਰੱਖੋ ਲਾਈਵ ਦੇ ਮਾਧਿਮ ਰਾਹੀਂ ਮੈਂ ਇਹ ਬੇਨਤੀ ਕਰਦਾ ਜੇ ਅੰਮ੍ਰਿਤ ਛਕਾਉਣਾ ਗੁਨਾਹ ਹੈ ਜੇ ਨੌਜਵਾਨਾਂ ਨੂੰ ਨਸ਼ਾ ਛਡਾਉਣੇ ਗੁਨਾਹ ਨੇ ਸਾਤ ਸੰਗਤ ਜੀ ਇਹ ਗੁਨਾਹ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਨਹੀਂ ਵਰਲਡ ਵਿੱਚ ਰਹਿੰਦੇ ਸਿੱਖ ਨੂੰ ਇਹ ਗੁਨਾਹ ਕਰਦੇ ਰਹਿਣਾ ਚਾਹੀਦਾ ਤੇ ਕਰਦੇ ਰਵਾਂਗੇ ਔਰ ਇਹ ਹਕੂਮਤ ਇਹ ਪੰਜਾਬ ਦੀ ਸਰਕਾਰ ਇਹ ਸੈਂਟਰ ਦੀ ਸਰਕਾਰ ਦੇ ਕਰੇ ਇਹਨਾਂ ਨੌਜਵਾਨਾਂ ਨੂੰ ਇਹਨਾਂ ਸਿੰਘਾਂ ਨੂੰ ਕਿਹੜੇ ਰਾਹੇ ਤੋਰਨੇ ਜਿਹੜੇ ਪ੍ਰਚਾਰ ਕਰਦੇ ਕਰਦੇ ਚੁੱਕ ਕੇ ਜੇਲ੍ਹਾਂ ਚ ਐਸੀਆਂ ਧਰਾਵਾਂ ਲਾਤੀਆਂ ਐਸੇ ਕੇਸ ਪਾਤੇ ਇੱਕ ਗੱਲ ਚੇਤੇ ਰੱਖਿਓ ਜਦੋਂ ਜੇਲ੍ਹਾਂ ਚੋਂ ਮੁੜ ਕੇ ਆਉਣਗੇ ਨਾ ਉਹ ਟੇਕੇ ਬਹਿਣ ਵਾਲੇ ਨਹੀਂ ਹੁਣ ਐਂ ਟੇਕੇ ਬਹਿਣਾ ਫੇਰ ਸਰਕਾਰਾਂ ਕਹਿੰਦੀ ਆਤਵਾਦੀ ਵੱਖਵਾਦੀ ਖਾੜਕੂ ਸੁਣ ਲੈਣ ਇਹ ਵੀ ਸਰਕਾਰਾਂ ਔਰ ਤੁਹਾਡੇ ਸਭ ਦੇ ਚਰਨਾਂ 'ਚ ਬੈਂਦੀ ਏ ਕੱਲੇ-ਕੱਲੇ ਸਿੱਖ ਦਾ ਫਰਜ਼ ਬਣਦਾ ਹੈ ਬਾਬਾ ਕਰਮਜੀਤ ਸਿੰਘ ਕਦੇ ਤੁਹਾਨੂੰ ਆਵਾਜ਼ ਮਾਰੇ ਮੈਨੂੰ ਇੱਥੇ ਤੁਹਾਡੀ ਲੋੜ ਸੰਗਤ ਦੇ ਨਾਲ ਹਮੇਸ਼ਾ ਆਗੂ ਹੁੰਦੇ ਨੇ ਜਿੰਨੇ ਇਹਨਾਂ ਦੇ ਮੈਂਬਰ ਨੇ ਜਿੰਨੀ ਇਹਨਾਂ ਦੀ ਕਮੇਟੀ ਹੈ ਇਹ ਸਭ ਤੁਹਾਡੇ ਨਾਲ ਇੱਕ ਇੱਕ ਬੰਦੇ ਦਾ ਫਰਜ਼ ਬਣਦਾ ਹੁਣ ਤੁਸੀਂ ਕੋ ਆਪਾਂ ਕੀ ਲੈਣਾ ਹੈ ਗੁਰਦੁਆਰਿਆਂ ਦੀਆਂ ਲੜਾਈਆਂ ਨੇ ਗੁਰਦੁਆਰਿਆਂ ਦੀਆਂ ਲੜਾਈਆਂ ਨਹੀਂ ਲੜਾਈਆਂ ਗੁਰੂ ਦੇ ਸਿਧਾਂਤ ਦੀਆਂ ਨੇ ਲੜਾਈਆਂ ਗੁਰੂ ਦੀ ਮਰਿਆਦਾ ਦੀਆਂ ਨੇ ਜਿਹੜਾ ਤੁਹਾਡਾ ਇੱਕ ਇੱਕ ਰੁਪਈਆ ਦਿੱਤਾ सरशे वाले ਵਰਗੇ ਪਖੰਡੀਆਂ ਦੇ ਬੋੜਾਂ ਤੇ 99-99 ਲੱਖ ਰੁਪਈਆ ਬੋੜਾਂ ਤੇ ਲੱਗ ਜਾਂਦੇ ਨੇ ਇਹ ਸਾਰ ਸੰਗਤ ਤੁਹਾਡਾ ਦਿੱਤਾ ਦਸਵੰਦ ਇਹਨਾਂ ਕੁੱਤੇ ਕਾਰਨਾਮਿਆਂ ਵਾਸਤੇ ਨਹੀਂ ਇਹ ਤਾਂ ਸੰਗਤ ਦੇ ਭਲੇ ਲਈ ਮਾਇਆ ਖਰਚਣੀ ਚਾਹੀਦੀ ਸੁਚੇਤ ਹੋਵੋ ਜਾਗੋ ਕੰਨਾਂ ਚ ਤੁਸੀਂ ਵੇਖੋ ਇੰਨਾ ਹਤਿਆਚਾਰ ਹੋ ਰਿਹਾ ਹੈ ਗੁਲਾਮੀ ਦੀਆਂ ਹੱਦਾਂ ਪਾਰ ਹੋ ਰਹੀਆਂ ਨੇ ਨੌਜਵਾਨਾਂ ਨੂੰ ਫੜ-ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ ਮੰਤ ਕਰਮਜੀਤ ਸਿੰਘ ਵਰਗੇ ਬੰਦੇ ਜਿਹੜੇ ਆਪਣਾ ਸਾਧਗਰੀ ਛੱਡ ਕੇ ਇਸ ਪਾਸੇ ਤੁਰੇ ਨੇ ਜਿਹੜੇ ਕਹਿੰਦੇ ਮੈਂ ਸੇਵਾ ਕਰਨੀ ਸੰਗਤ ਨੇ ਝੋਲੀ ਚ ਪਾਈ ਅਸੀਂ ਕੰਨਾਂ ਚ ਮਾਰ ਕੇ ਉਦਾਂ ਹੀ ਸੁੱਤੇ ਪਏ ਆ ਜੇ ਅੱਜ ਨਾ ਨਾ ਜਾਗੇ ਜਿਹੜਾ ਹਾਲ ਗੁਲਾਮਾਂ ਦਾ ਹੁੰਦਾ ਹੈ ਕੱਲੇ-ਕੱਲੇ ਨੌਜਵਾਨ ਨੂੰ ਜਿਵੇਂ ਫੜ ਕੇ ਜੇਲ੍ਹਾਂ ਚ ਸਿੱਟਿਆ ਜਾਂਦਾ ਹੈ ਕੱਲ ਨੂੰ ਵਾਰੀ ਤੁਹਾਡੇ ਪੁੱਤਰਾਂ ਦੀ ਵੀ ਹੋਣੀ ਤੁਹਾਡੇ ਵਾਸਤੇ ਆਵਾਜ਼ ਨਹੀਂ ਕਿਸੇ ਨੇ ਬੁਲੰਦ ਕਰਨੀ ਸਰਕਾਰਾਂ ਦੇ ਚਰਨਾਂ ਚ ਮੈਂ ਇੱਕ ਬੇਨਤੀ ਕਰਦਾ ਭਗਵੰਤ ਸਿੰਘ ਮਾਨ ਦੇ ਚਰਨਾਂ ਚ ਪੰਜਾਬ ਦੀ ਇਬਾਮ ਨੇ 3 ਕਰੋੜ ਲੋਕਾਂ ਨੇ ਮੁੱਖ ਮੰਤਰੀ ਇਹ ਇਸ ਕਰਕੇ ਨਹੀਂ ਸੀ ਬਣਾਇਆ ਵੀ ਨੌਜਵਾਨਾਂ ਦੇ ਹੀ ਦੁਸ਼ਮਣ ਬਣ ਜਾਓ ਅੱਜ ਲਾਈਵ ਹੋਇਆ ਭਗਵੰਤ ਮਾਨ ਜਿਹੜਾ ਬੰਦਾ ਪੰਜਾਬੀ 'ਚ ਭਾਸ਼ਣ ਦਿੰਦਾ ਹੈ ਪੰਜਾਬੀ 'ਤੇ ਲੜਦਾ ਹੈ ਏਜੰਸੀਆਂ ਨੇ ਉਹਨੂੰ ਵੀ ਹਿੰਦੀ ਬੋਲਣ ਲਾਤਾ ਸਾਧ ਸੰਗਤ ਜੀ ਜਿਨ੍ਹਾਂ ਦੇ ਵੇਲੇ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਰੂਲੇ ਅੱਜ ਤੁਸੀਂ ਵੇਖ ਲਓ ਉਹਨਾਂ ਦਾ ਹਾਲ ਕਿ 5% ਰਹਿ ਗਏ ਪੁੱਛ ਦਾ ਤੱਕ ਨਹੀਂ ਕੋਈ ਜੱਤੇ ਰੱਖਿਓ ਜਿਹੜੇ ਬੰਦਿਆਂ ਨੇ ਉਦੋਂ ਬਾਅਦ ਹੱਥ ਵਿੱਚ ਗੁਟਕਾ ਫੜ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਖੜ ਕੇ ਗੁਟਕਾ ਸਾਹਿਬ ਦੀ ਸੌਂ ਖਾਧੀ ਗੁਰੂ ਨੇ ਮਾਰ ਐਸੀ ਮਾਰੀ ਨਾ ਤਿੰਨਾ ਚੋਂ ਨਾ 13 ਚੋਂ ਲੱਭਿਆਂ ਵੀ ਨਹੀਂ ਲੱਭਦੇ ਅੱਜ ਭਗਵੰਤ ਸਿਆ ਚੇਤੇ ਤੂੰ ਵੀ ਰਖੀ ਲੱਭਣਾ ਤੂੰ ਵੀ ਕੋਈ ਨਹੀਂ ਇੱਥੇ ਹਮੇਸ਼ਾ ਇਹ ਸੰਗਤਾਂ ਤੈਅ ਕਰਦੀਆਂ ਹੁੰਦੀਆਂ ਨੇ ਬਹੁਤ ਵੱਡਾ ਦਿਲ ਵਿੱਚ ਰੋਸ ਹੈ ਔਰ ਜਿੱਦਣ ਪੰਜਾਬ ਦੀ ਜਵਾਨੀ ਪੰਜਾਬ ਦੀ ਸੰਗਤ ਜਿੱਦਣ ਸਿੱਖਾਂ ਦੀ ਸੰਗਤ ਜਾਗ ਗਈ ਕਿਸੇ ਦੀ ਹਿੰਮਤ ਨਹੀਂ ਗੁਰਮਖੋ ਫਿਰ ਸਾਡੇ ਵੱਲ ਕੋਈ ਅੱਖ ਅੱਖ ਝਾਕ ਕੇ ਵੇਖੇ ਇਹ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਤੁਹਾਡੇ ਸਤਾਏ ਹੋਏ ਨੌਜਵਾਨ ਕੋਈ ਮਾਂ ਆਪਣੇ ਕੁੱਖ ਤੋਂ ਗੈਂਗਸਟਰ ਪੈਦਾ ਕਰਦੀ ਕੋਈ ਮਾਂ ਖੜਕੂ ਪੈਦਾ ਕਰਦੀ ਕੋਈ ਮਾਂ ਅਤਵਾਦੀ ਪੈਦਾ ਕਰਦੀ ਜਿੱਦਾਂ ਆਮ ਘਰਾਂ ਦੇ ਬੱਚੇ ਨੇ ਹੁੰਦੇ ਉਦਾਂ ਹੀ ਨੇ ਹਾਲਾਤ ਬਣਾਉਂਦੇ ਨੇ ਇਦਾਂ ਦੇ ਜਦੋਂ ਜ਼ਬਰੇ ਕਿਸੇ ਤੇ ਜ਼ੁਲਮ ਹੋਏਗਾ ਨਾ ਤੇ ਇਦਾਂ ਦੀਆਂ ਘਟਣਾਵਾਂ ਫਿਰ ਜਨਮ ਦਿੰਦੀਆਂ